ਸ਼ਹਿਰ ਦੇ ਵਿੱਚ ਕਈ ਕਈ ਵਾਰ ਅਸੀਂ ਕਰ ਲਓ ਵੀ ਜਿਹੜਾ ਸਿਵਰੇਜ ਦੇ ਢੱਕਣ ਨੇ ਰਾਤ ਬਰਾਤੇ ਲਾਈਟਾਂ ਲਾਈਟ ਚਲੀ ਗਈ ਜਾਂ ਕੋਈ ਸਟਰੀਟ ਲਾਈਟ ਦਾ ਕਿਤੇ ਖਰਾਬ ਹੈ ਜਾਂ ਕਿਸੇ ਤਰ੍ਹਾਂ ਦਾ ਦਿੱਕਤ ਹੈ ਸਿਵਰ ਕੰਢਾ ਤੇ ਉਹ ਅਸੀਂ ਕਾਫੀ ਵਾਰ ਅਸੀਂ ਐਸ ਡੀ ਓ ਸਾਹਿਬ ਨੂੰ ਵੀ ਕਿਹਾ ਕਾਫੀ ਵਾਰ ਅਸੀਂ ਉਹਨਾਂ ਨਾਲ ਕਿ ਵੀ ਇੱਥੇ ਉਹਨਾਂ ਨੇ ਕਿਹਾ ਜੀ ਆਨਲਾਈਨ ਕੰਪਲੇਂਟ ਪਾਓ ਕਾਫੀ ਵਾਰ ਅਸੀਂ ਕੰਪਲੇਂਟਾਂ ਪਾਈਆਂ ਪਰ ਉਹਦੀ ਕੋਈ ਸੁਣਾਈ ਨਹੀਂ ਹੋਈ ਜੇ ਕਿਸੇ ਤਰ੍ਹਾਂ ਦਾ ਕੋਈ ਸਾਡਾ ਕੋਈ ਮੰਨ ਲਓ ਸਾਡਾ ਕੋਈ ਬੰਦਾ ਵੀ ਡਿੱਗਦਾ ਕੋਈ ਸੀਵਰੇਜ ਦੇ ਵਿੱਚ ਕੋਈ ਜਾਨੀ ਮਾਨੀ ਉਹਦਾ ਨੁਕਸਾਨ ਹੁੰਦਾ ਇਹ ਸੀਵਰੇਜ ਬੋਰਡ ਐਸ ਡੀ ਓ ਸਾਹਿਬ ਜਾਂ ਐਕਸ ਐਮ ਸਾਹਿਬ ਜ਼ਿੰਮੇਵਾਰ ਹੋਣਗੇ ਨਹੀਂ ਇੱਥੇ ਆਪਣੇ ਇੱਕ ਸੁਪਰ ਸੱਕਰ ਮਸ਼ੀਨ ਹੈ ਜੀ ਜੋ ਆਪਾਂ ਨੂੰ ਲਾਸਟ ਗਵਰਨਮੈਂਟ 'ਚ ਮਿਲੀ ਸੀ ਜੀ ਉਹ ਪਰ ਜਿਹੜੀ ਸੁਪਰ ਸੱਕਰ ਮਸ਼ੀਨ ਆ ਉਹ ਸਾਰੇ ਸਰਕਲ ਲਈ ਹੈ ਜਿਵੇਂ ਜੀਰਾ ਤਲਵੰਡੀ ਮਹੂ ਕਿਉਂਕਿ ਇੱਕ ਵਾਰੀ ਉਹਦੇ ਨਾਲ ਜਦੋਂ ਸਫਾਈ ਹੋ ਜਾਂਦੀ ਹੈ ਫਿਰ 4-5 ਸਾਲ ਆਪਾਂ ਨੂੰ ਲੋੜ ਨਹੀਂ ਪੈਂਦੀ ਉਹ ਆਪਣਾ ਜਿਵੇਂ ਜਿਹੜਾ ਵੀ ਏਰੀਆ ਸਰਕਲ ਦੇ ਵਿੱਚ ਪੈਂਦਾ ਜੀਰਾ ਤਲਵੰਡੀ ਮਹੂ ਜਲਾਲਾਬਾਦ ਮੋਗਾ ਔਰ ਹੁਣ ਆਪਣੇ ਕੋਲ ਵੈਸੇ 2 ਗ੍ਰੈਬਕਟਾ ਮਸ਼ੀਨਾਂ ਹੈ 2 ਸਫਾਈ ਕਰ ਰਹੀਆਂ ਕਿ ਜਿਹੜੀ ਮਸ਼ੀਨ ਸਰਕਲ 'ਚ ਗਈ ਹੈ ਜਾਂ ਸਰਕਲ ਤੋਂ ਬਾਹਰ ਗਈ ਹੈ ਜਿਵੇਂ ਵਿਧਾਇਕ ਜਿਹੜੇ ਆ ਸਾਬਕਾ ਕਹਿ ਰਹੇ ਆ ਕਿ ਬਾਹਰ ਗਈਆਂ ਕੀ ਉਹ ਸਰਕਲ 'ਚ ਹੈ ਕਿ ਬਾਹਰ ਹੀ ਹੈ ਨਹੀਂ ਨਹੀਂ ਸਰਕਲ ਤਾਂ ਨਹੀਂ ਜਿੱਥੇ ਰਿਕੁਆਇਰਮੈਂਟ ਹੁੰਦੀ ਨਾ ਜੀ ਉੱਥੇ ਪੰਜਾਬ ਗਵਰਨਮੈਂਟ ਹੈ ਉੱਥੇ ਉਹ ਭੇਜ ਜਾਂਦੀ ਜਿੱਥੇ ਵੀ ਜ਼ਿਆਦਾ ਨੈਸੈਸਿਟੀ ਮੈਂ ਦੱਸਦਾ ਕਿ ਜਦੋਂ ਫਿਰੋਜ਼ਪੁਰ ਨੂੰ ਜ਼ਰੂਰਤ ਸੀ ਕੀ ਮਿਲਦੀਆਂ ਸੀਗੀਆਂ ਫਿਰੋਜ਼ਪੁਰ ਨੂੰ ਨਹੀਂ ਫਿਰੋਜ਼ਪੁਰ ਦੇ ਵਿੱਚ ਤਾਂ ਆਪਣੇ ਇੱਥੇ ਖੜੀ ਹੈ ਪਰ ਹੁਣ ਜੇ ਪਿੱਛੇ ਇਲੈਕਸ਼ਨ ਕਰਕੇ ਟੈਂਡਰ ਨਹੀਂ ਹੋ ਸਕੇ ਹੁਣ ਟੈਂਡਰ ਲਾਤੇ ਲਾਸਟ ਵੀਕ ਦੇ ਵਿੱਚ ਆਪਣੇ 5 ਤਰੀਕ ਤੋਂ ਆਪਣੇ 5 ਨੂੰ ਕੰਮ ਵੀ ਸ਼ੁਰੂ ਕੀਤਾ ਸੀ ਆਪਾਂ ਠੀਕ ਹੈ ਨਾ ਜੀ ਉਦੋਂ ਇਮੀਡੀਏਟਲੀ ਉੱਥੇ ਗਿੱਦੜਵਾ ਜ਼ਰੂਰਤ ਪੈ ਗਈ ਉੱਥੇ ਲੈ ਗਏ ਉਹ ਕਹਿੰਦੇ ਨੇ ਵੀ ਇੱਕ ਵਾਰੀ ਆਪਣੇ ਇਸ ਸੰਡੇ ਤੱਕ ਉੱਥੇ ਕੰਮ ਖਤਮ ਹੋ ਜਾਏਗਾ ਸੋਮਵਾਰ ਨੂੰ ਆਪਾਂ ਨੂੰ ਉਹ ਵਾਪਸ ਕਰ ਦੇਣਗੇ ਕਿਵੇਂ ਦੇਖਦੇ ਹੋ ਕਾਫੀ ਦਿੱਕਤਾਂ ਜਿਹੜੀਆਂ ਵਾਰਡਾਂ ਦੇ ਵਿੱਚ ਆ ਰਹੀਆਂ ਹੈਗੀਆਂ ਨੇ ਕਈ ਥਾਵਾਂ ਦੇ ਉੱਪਰ ਜਿਹੜਾ ਅੰਦਰੂਨੀ ਜੇ ਸ਼ਹਿਰ ਦੀ ਗੱਲ ਕਰੀਏ ਤਾਂ ਗੰਦਾ ਪਾਣੀ ਜਿਹੜਾ ਮਿਕਸ ਹੋ ਕੇ ਆ ਰਿਹਾ ਹੈਗਾ ਇਸ ਨੂੰ ਲੈ ਕੇ ਜਿਹੜਾ ਕੀ ਕੀਤਾ ਜਾਵੇ ਇਹਦੇ ਭਾਈ ਸਾਹਿਬ ਹੁਣ ਨਾ ਬਰਸਾਤੀ ਮੌਸਮ ਚੱਲ ਰਿਹਾ ਰੇਨੀ ਸੀਜ਼ਨ ਹੈ ਮੌਨਸੂਨ ਸੀਜ਼ਨ ਮੌਨਸੂਨ ਸੀਜ਼ਨ ਵਿੱਚ ਕੀ ਹੁੰਦਾ ਇੱਕ ਤਾਂ ਬਰਸਾਤ ਪੈ ਗਈ ਉਦੋਂ ਕੀ ਲਾਈਟ ਕੱਟ ਬਹੁਤ ਜ਼ਿਆਦਾ ਜਦੋਂ ਸੀਵਰ ਭਰ ਜਾਂਦੇ ਇੱਕ ਜਿਹੜਾ ਰਾਮੇ ਵਾਲਾ ਹਾਕੇ ਵਾਲਾ ਏਰੀਆ ਇਹ ਲੋ ਉਹਦਾ ਯਾਨੀ ਕਿ ਜਿਹੜਾ ਲੈਵਲ ਹੈ ਗਰਾਊਂਡ ਲੈਵਲ ਉਹ 3.5 ਮੀਟਰ ਡਾਊਨ ਹੈ ਡਾਊਨ ਹੋਣ ਕਰਕੇ ਵੀ ਉੱਥੋਂ ਜਿਹੜਾ ਪਾਣੀ ਹੈ ਇੱਧਰ ਨੂੰ ਨਹੀਂ ਆਉਂਦਾ ਠੀਕ ਹੈ ਨਾ ਉਹਦੇ ਬਾਰੇ ਸੜਕ ਵੀ ਲਿਖਿਆ ਸੀ ਮੈਂ ਡੀ ਸਾਹਿਬ ਨੂੰ ਅਤੇ ਦੂਜਾ ਬੀ ਐਂਡ ਆਰ ਨੂੰ ਵੀ ਸੜਕ ਵੀ ਗੁਰੂ ਨਗਰ ਤੋਂ ਲੈ ਕੇ ਗਿਲਕੋ ਵੈਲੀ ਤੱਕ ਸੜਕ ਵੀ ਉੱਚੀ ਚੱਕਾਂਗੇ ਜੇ ਚੱਕਾਂਗੇ ਨਾ ਤਾਂ ਪਾਣੀ ਉੱਥੇ ਫੁੱਟ ਖੜਾ ਰਹੂਗਾ ਕਾਂਗਰਸੀ ਆਮ ਆਦਮੀ ਪਾਰਟੀ ਕੇ ਵਿਧਾਇਕ ਬੋਲਤੇ ਵਹੀ ਕਾਮ ਆਪਕਾ ਡਿਪਾਰਟਮੈਂਟ ਕਰਤਾ ਆਮ ਆਦਮੀ ਨਹੀਂ ਜੀ ਨਹੀਂ ਕੋਈ ਵੀ ਜਨਤਾ ਕੋਈ ਵੀ ਬੋਲਤਾ ਹੈ ਕੋਈ ਵੀ ਜੀ ਕੋਈ ਗੱਲ ਨਹੀਂ ਹੈਗੀ ਜਿਹੜਾ ਕੰਮ ਦੇਖੋ ਗਵਰਨਮੈਂਟ ਦੇ ਅਦਾਰੇ ਨੇ ਜਿਹੜਾ ਕੰਮ ਕੋਈ ਵੀ ਆ ਕੇ ਕਹਿੰਦਾ ਉਹ ਕੀਤਾ ਜਾਂਦਾ ਸਰ ਗੋਲਬਾਗ ਦੇ ਵਿੱਚ ਵੀ ਕਾਫੀ ਸੀਵਰੇਜ ਦਾ ਪਾਣੀ ਹੁਣ ਪ੍ਰੋਬਲਮ ਨਹੀਂ ਇਸ ਟਾਈਮ ਜੀ ਰੇਨੀ ਸੀਜ਼ਨ ਕਰਕੇ ਨਾ ਗੋਲਬਾਗ 8 ਫੁੱਟ ਏਰੀਆ ਡਾਊਨ ਹੈ ਤੇ ਉਹਦੇ ਕਰਕੇ ਬਰਸਾਤ ਦਾ ਪਾਣੀ ਅਦਰਵਾਈਜ਼ ਸੀਵਰੇਜ ਦਾ ਪਾਣੀ ਨਹੀਂ ਹੈ ਦੇਖੋ ਫਿਰੋਜ਼ਪੁਰ ਦੇ ਵਿੱਚ ਲੋਕ ਕਹਿੰਦੇ ਸੀ ਕਿ ਇਹ ਬੈਕਵਰਡ ਇਲਾਕਾ ਹੈ ਇਹ ਬਾਰਡਰ ਜ਼ਰੂਰ ਹੈ ਬੈਕਵਰਡ ਇਲਾਕਾ ਨਹੀਂ ਸੀ ਫਿਰੋਜ਼ਪੁਰ ਉਹਨਾਂ ਦਾ ਬੈਸਟ ਬਣ ਗਿਆ ਸੀ ਇਹ ਮੇਰੀ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਅੱਜ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਵਾਲਾ ਪਾਣੀ ਮਿਲਦਾ ਫਿਰਦਾ ਅਫਸਰ ਵਿਚਾਰੇ ਜਿਹੜੇ ਹੈਗੇ ਆ ਬੇਵੱਸ ਹੋ ਗਏ ਨੇ ਸਾਡੀਆਂ 2-3 ਗੱਡੀਆਂ ਸੀ ਇੱਥੇ ਜਿਹੜੀਆਂ ਸੁਪਰ ਸੱਕਰ ਉਹ ਬਾਹਰ ਭੇਜ ਦਿੰਦੇ ਕਦੇ ਜਲੰਧਰ ਭੇਜ ਦਿੰਦੇ ਆ ਕਦੇ ਇਹ ਗਿੱਦੜਵਾ ਭੇਜ ਦਿੰਦੇ ਆ ਕਦੇ ਸੰਗਰੂਰ ਭੇਜ ਦਿੰਦੇ ਆ ਅਗਰ ਪੰਜਾਬ ਦੇ ਵਿੱਚ ਹੋਰ ਜਗ੍ਹਾ 'ਤੇ ਵੀ ਹੈਗੀਆਂ ਜਲੰਧਰ ਵੀ ਹੈਗੀਆਂ ਲੁਧਿਆਣੇ ਹੈਗੇ ਉੱਥੋਂ ਭੇਜ ਦਿਓ ਇਸ ਕਰਕੇ ਇੱਥੇ ਕੋਈ ਇੰਡਸਟਰੀ ਨਹੀਂ ਕੋਈ ਕੁਛ ਨਹੀਂ ਬਿਮਾਰੀਆਂ ਲੱਗਦੀਆਂ ਕੈਂਸਰ ਦੀ ਬਿਮਾਰੀ ਹੁੰਦੀ ਹੈ ਇਉਂ ਹੀ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦਾ ਜਿਹੜਾ ਹੈਗਾ ਬੜਾ ਵੱਡਾ ਮਸਲਾ ਚੱਲਦਾ ਹੈ ਨਾਲ ਉਹ ਗੱਡੀਆਂ ਆਈਆਂ ਸੀਗੀਆਂ ਜੀ ਤੇ ਉਹ ਹੁਣ ਕਿੱਥੇ ਹੈ ਕਹਿਣ ਦਾ ਮਤਲਬ ਹੈ ਜਿੱਥੇ ਚੋਣਾਂ ਹੁੰਦੇ ਉੱਥੇ ਭੇਜੇ ਨੇ ਮੈਂ ਇਹੀ ਕਹਿ ਰਿਹਾ 2.5 ਕਰੋੜ ਦੀ ਗੱਡੀ ਸੀ ਸੁਪਰ ਸੱਕਰ ਸੀਗੇ ਤੁਸੀਂ ਸੁਣਿਆ ਨਹੀਂ ਜੀ ਉਹ ਜਿੱਥੇ ਵੀ ਚੋਣਾਂ ਹੁੰਦੇ ਉੱਥੇ ਭੇਜਦੇ ਚੋਣਾਂ ਤਾਂ ਹਲੇ ਅੱਗੇ ਹੈ ਅਸੀਂ ਇਹ ਨਹੀਂ ਕਹਿੰਦੇ ਅਗਰ ਤੁਹਾਨੂੰ ਕੋਈ ਸਾਡੇ ਤੋਂ ਸਹਾਇਤਾ ਲੈਣ ਦੀ ਲੋੜ ਬਣਦੀ ਹੈ ਸਾਨੂੰ ਤਾਂ ਪਿਛੜਿਆ ਕਹਿੰਦੇ ਸੀ ਪਰ ਅਸੀਂ ਪਿਛੜੇ ਨਹੀਂ ਪਿਛੜਿਆ ਤੁਸੀਂ ਹੋ ਜਿਹੜੇ ਇੱਥੋਂ ਲੈ ਕੇ ਜਾਂਦੇ ਹੋ ਉਹਨਾਂ 3 'ਚੋਂ 1 ਛੱਡ ਦਿੰਦੇ 2 ਛੱਡ ਦਿੰਦੇ ਅੱਜ ਸਾਰੇ ਲੋਕ ਤਰ੍ਹਾਂ ਤਰ੍ਹਾਂ ਕਰਦੇ ਫਿਰਦੇ ਨੇ ਘਰਾਂ ਦੇ ਵਿੱਚ ਜਿਹੜੀਆਂ ਰਸੋਈਆਂ ਉਹਨਾਂ ਦੇ ਵਿੱਚ ਸੀਵਰੇਜ ਦਾ ਪਾਣੀ ਚਲਾ ਜਾਂਦਾ ਇਸ ਕਰਕੇ ਲੋਕ ਬੜੇ ਔਖੇ ਨੇ ਇਹ ਕਹਿੰਦੇ ਸਾਡੀ ਸਰਕਾਰ ਕਰੇਗੀ ਥਾਣਿਆਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ
ਥਾਣੇ ਦਾ ਹਾਲ ਕੀ ਹੈ, ਇਹਨਾਂ ਦਲਾਲ ਬਿਠਾਏ ਹੋਏ ਆ, ਇਹ ਬਦਨਾਮ ਕਰਦੇ ਨੇ ਪੰਜਾਬ ਪੁਲਿਸ ਨੂੰ। ਇਉਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ, ਕਿਤੇ ਗੋਲੀ ਚੱਲ ਰਹੀ ਹੈ, ਕਿਸੇ ਭੈਣ ਦਾ ਪਰਸ ਖੋਇਆ ਜਾ ਰਿਹਾ, ਕਿਸੇ ਦੀ ਚੇਨ ਖੋਈ ਜਾ ਰਹੀ ਹੈ, ਕਿਸੇ ਨਾਲ ਕੁਛ ਹੋ ਰਿਹਾ, ਇਹ ਕਿਉਂ ਹੋ ਰਿਹਾ? ਇਹਦਾ ਮਤਲਬ ਕਿ ਇਹ ਗੱਲਾਂ ਇਹਨਾਂ ਨੇ ਬਹੁਤ ਕੀਤੀਆਂ, ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਅੱਜ ਇਲੈਕਸ਼ਨ ਹੋ ਜਾਣ, ਇਹ ਤਾਂ ਬਨਵਿਆਂ ਦੀ ਗੱਲ ਕਰਦੇ ਨੇ, ਇਹਨਾਂ ਦੇ ਬੂਥ ਨਹੀਂ ਲੱਗਣੇ। ਕਾਂਗਰਸ ਪਾਰਟੀ 100 ਤੋਂ ਉੱਪਰ ਸੀਟਾਂ ਲੈ ਕੇ ਜਾਏਗੀ, 100 ਤੋਂ ਉੱਪਰ ਸੀਟਾਂ ਲੈ ਕੇ ਜਾਏਗੀ, ਮੇਰਾ ਤੁਹਾਡਾ ਵਾਅਦਾ ਹੈ, ਦੇਖ ਲਿਓ ਜਾ ਕੇ। ਸਰ, ਇੱਕ ਸਿਵਲ ਹਸਪਤਾਲ ਦੇ ਵਿੱਚ ਵੈਂਟੀਲੇਟਰ ਦੀ ਬੜੀ ਕਮੀ ਹੈ, ਹੋਰ ਡਾਕਟਰਾਂ ਦੀ ਬੜੀ ਕਮੀ ਹੈ, ਉਹਦੇ ਲਈ ਵੀ ਤੁਸੀਂ ਵਾਈ ਪਲਾਨ ਕਰੋਗੇ? ਮੈਂ ਤਾਂ ਹੁਣੇ ਵੀ ਕਿਹਾ ਜੀ, ਜਿਹੜਾ ਸਾਡਾ ਸਿਵਲ ਹਸਪਤਾਲ ਹੈ ਉਹਦੇ 'ਚ ਮੈਂ 5 ਕਰੋੜ ਰੁਪਇਆ ਦੇ ਕੇ ਗਿਆ ਸੀ ਕਿ ਉਹ ਜਿਹੜਾ ਸਿਵਲ ਹਸਪਤਾਲ ਸਭ ਤੋਂ ਵਧੀਆ ਬਣਨਾ ਚਾਹੀਦਾ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਸਿਵਲ ਹਸਪਤਾਲ ਦੇ ਵਿੱਚ ਮਰੀਜ਼ ਅੰਦਰ ਜਾਂਦਾ, ਅੰਦਰ ਡਾਕਟਰ ਨਹੀਂ ਮਿਲਦੇ, ਬਾਹਰ ਜਿਹੜਾ ਮੋਟਰਸਾਈਕਲ ਜਾਂ ਕਾਰ ਹੁੰਦੀ ਹੈ ਉਹ ਨਹੀਂ ਮਿਲਦੀ। ਇਹ ਕਿੱਥੋਂ ਦਾ ਤੁਸੀਂ ਦੱਸੋ ਨਾ ਕਾਨੂੰਨ ਹੈ? ਅੰਦਰ ਡਾਕਟਰ ਹੈ ਨਹੀਂ, ਡਾਕਟਰ ਨਹੀਂ ਪੂਰੇ ਕਰ ਪਾਏ, ਬਾਹਰ ਜਿਹੜੇ ਵਹੀਕਲ 'ਤੇ ਆਉਂਦੇ ਆ ਉਹ ਮੋਟਰਸਾਈਕਲ ਜਾਂ ਕਾਰ ਜਿਹੜੀ ਹੁੰਦੀ ਹੈ ਉਹ ਦਿਖਾਈ ਨਹੀਂ ਦਿੰਦੀ। ਇਹ ਤੁਸੀਂ ਕਰੋਗੇ? ਇਹ ਸ਼ਹੀਦਾਂ ਦਾ ਸ਼ਹਿਰ ਹੈ, ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਹੈ, ਜਿਹਨੂੰ ਤੁਸੀਂ ਆਈਕੋਨ ਮੰਨਦੇ ਹੋ। ਇਸ ਕਰਕੇ ਕਿਸੇ ਵੀ ਪਾਸੇ ਕੋਈ ਇਹਨਾਂ ਨੇ ਕੋਈ 2 ਨੌਕਰੀਆਂ ਦਿੱਤੀਆਂ ਹੁਣ ਸ਼ਹਿਰ 'ਚ, ਮੈਨੂੰ ਦੱਸ ਦੇਣ, ਜਦੋਂ ਸਾਡੀ ਸਰਕਾਰ ਸੀ ਸ਼ਹਿਰ ਦੇ ਵਿੱਚ ਕੰਮ ਚੱਲਦੇ ਸੀ, ਗਰੀਬ ਆਦਮੀਆਂ ਦੇ ਚਿਹਰਿਆਂ 'ਤੇ ਲਾਲੀ ਹੁੰਦੀ ਸੀ, ਰੌਣਕ ਹੁੰਦੀ ਸੀ। ਅੱਜ ਉਹ ਰੌਣਕ ਕਿੱਥੇ ਗਈ? ਅੱਜ ਇਹੀ ਅਫਸਰ ਨੇ ਵਿਚਾਰੇ ਜਿਹੜੇ ਸਾਡੇ ਟਾਈਮ 'ਤੇ ਵੀ ਕੰਮ ਕਰਦੇ ਸੀ, ਪੈਸੇ ਆਉਂਦੇ ਸੀ, ਪੈਸਿਆਂ ਨਾਲ ਹੀ ਕੰਮ ਚੱਲਦਾ, ਹੁਣ ਕਿੱਥੋਂ ਚੱਲੇਗਾ? ਇਸ ਕਰਕੇ ਮੈਂ ਸਮਝਦਾ ਕਿ ਇਹ ਸਰਕਾਰ ਜਿਹੜੀ ਹੈ ਬਿਲਕੁਲ ਫੇਲ ਸਰਕਾਰ ਹੈਗੀ। ਸਰ, ਨਗਰ ਕੌਂਸਲ ਦੇ ਪ੍ਰਧਾਨ ਵੀ ਤੁਹਾਡੇ ਹੈ, ਜ਼ਿਆਦਾਤਰ MCB ਕਾਂਗਰਸ ਦੇ ਹੈ ਜੀ, ਸਾਰੇ ਦੇ ਸਾਰੇ। ਕਿੰਨੀ ਡਿਵੈਲਪਮੈਂਟ ਜੀ ਆ ਪਿਛਲੇ 2.5-3 ਸਾਲ 'ਚ ਹੋਈ ਹੈ, ਕਿੰਨੇ ਫੰਡ ਆਏ ਹੈ ਤੁਹਾਡੇ ਕੋਲ, ਰਿਕਾਰਡ ਤਾਂ ਸਾਰਾ ਹੋਇਆ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਜਿਹੜੇ ਫੰਡ ਆਏ ਨੇ ਮੈਂ ਕਹਿ ਸਕਦਾ ਕਿ ਸਾਡੇ ਟਾਈਮ 'ਤੇ 100 ਰੁਪਈਆ ਆਉਂਦੇ ਸੀ ਅਤੇ ਹੁਣ ਉਹ ਜਿਹੜੇ ਹੈਗੇ 0 ਆਏ ਨੇ। ਜੇ ਫੰਡ ਹੋਣ ਤਾਂ ਹੀ ਹੋਏਗਾ, ਉਹ ਫੰਡ ਕਿਹਦੇ ਨੇ? ਉਹ ਫੰਡ ਗੌਰਮੈਂਟ ਦੇ ਨਹੀਂ, ਗੌਰਮੈਂਟ ਤੋਂ ਪਹਿਲਾਂ ਫਿਰੋਜ਼ਪੁਰ ਦੇ ਲੋਕਾਂ ਦੇ, ਪੰਜਾਬ ਦੇ ਲੋਕਾਂ ਦੇ ਨੇ, ਟੈਕਸਪੇਅਰ ਦੇ ਪੈਸੇ ਨੇ ਜਿਹੜੇ ਉੱਥੇ ਜਾਂਦੇ ਨੇ ਅਤੇ ਉੱਥੋਂ ਸਾਨੂੰ ਦਿੰਦੇ ਨੇ। ਇਸ ਕਰਕੇ ਫੰਡ ਤਾਂ ਇੱਥੇ ਆਉਂਦੇ ਹੀ ਨਹੀਂ, ਕੀ ਕਰੇਗਾ? ਜੇ ਘੋੜਾ ਘਾਹ ਦੇ ਨਾਲ ਦੋਸਤੀ ਕਰੇਗਾ ਤਾਂ ਕੀ ਕਰੇਗਾ? ਜੇ ਤੁਸੀਂ ਗੱਡੀ ਦੇ ਵਿੱਚ ਤੇਲ ਨਹੀਂ ਪਾਓਗੇ ਤਾਂ ਗੱਡੀ ਕਿਵੇਂ ਚੱਲੇਗੀ? ਇਸ ਕਰਕੇ ਸਾਰੇ ਕੰਮ 2.5 ਸਾਲ ਤੋਂ ਮੈਨੂੰ ਕੋਈ ਇੱਕ ਕੰਮ ਦੱਸ ਦਿਓ, ਕੋਈ ਇੱਕ ਲੱਗੀ ਹੋਵੇ। ਜਿਹੜੇ ਸਾਡੇ ਫੰਡ ਵੀ ਪਏ ਸੀ ਉਹ ਵੀ ਵਾਪਸ ਲੈ ਗਏ ਇਹ। ਮੈਂ ਪੁੱਛਣਾ ਚਾਹੁੰਦਾ ਕਿ ਇਹ ਰਾਜ ਹੈ, ਇਹ ਕੰਮ ਕਰਦੇ ਹੋ ਤੁਸੀਂ? ਕੋਈ ਵੀ ਕੰਮ ਹੈ ਜਿਹੜਾ ਉਹ ਪੈਸੇ ਦੇ ਨਾਲ ਹੁੰਦਾ, ਕੋਈ ਇੱਥੇ ਅੱਛੀ ਇਮਾਰਤ ਬਣੀ ਹੋਵੇ ਉਸ ਤੋਂ ਬਾਅਦ ਕੋਈ ਹੋਰ ਕੰਮ ਹੋਇਆ ਹੋਵੇ, ਅੱਜ PGI ਬਣ ਰਿਹਾ। ਮੈਂ ਸਮਝਦਾ ਕਿ ਫਿਰੋਜ਼ਪੁਰ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਵੱਡੀ ਇਮਾਰਤ ਬਣ ਰਹੀ ਹੈ, 4 ਸਟੋਰੀਜ਼ ਉਹ ਬਣ ਗਈ। ਉਹਦੇ ਵਿੱਚ ਅਸੀਂ ਮੈਡੀਕਲ ਕਾਲਜ ਵੀ ਲੈ ਕੇ ਆਉਣਾ, ਨਰਸਿੰਗ ਸਕੂਲ ਵੀ ਲੈ ਕੇ ਆਉਣਾ। ਮੇਰਾ ਤੁਹਾਡਾ ਵਾਅਦਾ ਹੈ, ਮੈਂ ਇਹਨਾਂ ਤਰ੍ਹਾਂ ਝੂਠ ਨਹੀਂ ਬੋਲਦਾ। ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ 40,000 ਤੋਂ ਵੱਧ ਬੱਚਿਆਂ ਨੂੰ ਡਾਇਰੈਕਟ ਅਤੇ ਇਨਡਾਇਰੈਕਟ ਵੇ ਦੇ ਵਿੱਚ ਨੌਕਰੀ ਮਿਲੇਗੀ। ਇਹ ਸਾਡਾ ਸੀਵਰੇਜ ਬੋਰਡ ਵਾਲਿਆਂ ਨੂੰ ਅਸੀਂ ਐਕਸ਼ਨ ਸਾਹਿਬ ਇੱਥੇ ਖੜ੍ਹੇ ਨੇ, ਇਹ ਕਹਿੰਦੇ ਜੀ ਪਰਸੋਂ ਤੱਕ ਤੁਹਾਡੀ ਗੱਡੀਆਂ ਜਿਹੜੀਆਂ ਵਾਪਸ ਆ ਜਾਣਗੀਆਂ। ਅਸੀਂ ਇਹਨਾਂ ਨੂੰ ਕਹਿ ਕੇ ਚੱਲੇ ਹਾਂ ਜੇ ਸਾਡੀਆਂ ਗੱਡੀਆਂ ਵਾਪਸ ਨਹੀਂ ਆਉਣਗੀਆਂ ਪਰਸੋਂ ਤੱਕ, ਅਸੀਂ ਫਿਰ ਅਗਲੇ ਹਫ਼ਤੇ ਇੱਕ ਧਰਨਾ ਦੇਵਾਂਗੇ। ਉਹ ਧਰਨਾ ਦੱਸਾਂਗੇ ਕਿ ਸਾਰਾ ਸ਼ਹਿਰ ਇਕੱਠਾ ਕਰਕੇ ਦੇਵਾਂਗੇ। ਅੱਜ ਅਸੀਂ ਸਿੰਬੋਲਿਕ ਧਰਨਾ ਦੇਣ ਦੇ ਵਾਸਤੇ ਇੱਥੇ ਆਏ ਸੀ। ਦੇਖੋ ਗੱਲ ਇਹ ਹੈ ਕਿ ਫਿਰੋਜ਼ਪੁਰ ਦੇ ਵਿੱਚ ਕੋਈ ਵੀ ਵਾਰਡ ਇਹੋ ਜਿਹਾ ਨਹੀਂ ਜਿੱਥੇ ਪਾਣੀ ਦੀ ਸਮੱਸਿਆ ਨਾ ਹੋਵੇ, ਜਿੱਥੇ ਪੀਣ ਵਾਲਾ ਪਾਣੀ ਸੀਵਰੇਜ ਦੇ ਵਿੱਚ ਮਿਲਦਾ ਨਾ ਹੋਵੇ। ਤੁਸੀਂ ਜਾ ਕੇ ਡਾਟਾ ਇਕੱਠਾ ਕਰੋ ਵੀ ਕਿੰਨੇ ਲੋਕ ਹੁਣ ਤੱਕ ਬਿਮਾਰ ਹੋਏ। ਮੇਰਾ ਖਿਆਲ ਫਿਰੋਜ਼ਪੁਰ ਦੇ ਵਿੱਚ 2,000 ਆਦਮੀ ਹੈਗਾ ਜਿਹੜਾ ਹੋਸਪਿਟਲਾਂ ਦੇ ਵਿੱਚ ਪਿਆ ਹੋਇਆ ਬਾਹਰ ਜਾ ਕੇ। ਕੁਛ ਗਰੀਬ ਆਦਮੀ ਜਾਂਦੇ ਨੇ ਸਿਵਲ ਹਸਪਤਾਲ ਜਿੱਥੇ ਡਾਕਟਰ ਹੈ ਨਹੀਂ, ਕੀ ਇਲਾਜ ਕਰਾਉਣਗੇ? ਕੁਛ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਜਾਂਦੇ ਨੇ, ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਵੀ ਹੁਣ ਜਗ੍ਹਾ ਨਹੀਂ ਹੈ। PGI ਵੀ ਇਸੇ ਕਰਕੇ ਲੈ ਕੇ ਆਉਂਦਾ ਸੀ ਵੀ ਗਰੀਬ ਦਾ ਇਲਾਜ 10 ਰੁਪਏ ਦੇ ਨਾਲ ਹੋਏਗਾ, ਇਹ ਨਹੀਂ ਕਿ ਅਮੀਰ ਆਦਮੀ ਆਪਦਾ ਇਲਾਜ ਕਰਦਾ ਰਹੇ। ਮਾਨਸ ਕੀ ਜਾਤ ਸਭ ਇੱਕੇ ਪਹਿਚਾਣ, ਸਾਡੇ ਵਾਸਤੇ ਗਰੀਬ ਅਮੀਰ ਇੱਕ ਹੀ ਹੈ।
ਇਹ ਸਾਡੇ ਦਿਲਾਂ ਦੇ ਰਾਜ ਕਰਦੇ ਆ ਗਰੀਬ ਆਦਮੀ, ਇਸ ਕਰਕੇ ਮੈਂ ਇਹਨਾਂ ਦੀ ਲੜਾਈ ਲੜਨ ਦੇ ਵਾਸਤੇ ਹਮੇਸ਼ਾ ਹੀ ਆਇਆ ਅਤੇ ਲੜਦਾ ਰਹਾਂ। ਸੀਵਰੇਜ ਵੇਖੋ ਜਾ ਕੇ ਮੌਕੇ 'ਤੇ, ਮੈਂ ਪਿੰਕੀ ਸਾਹਿਬ ਆਏ ਨੂੰ ਉੱਥੇ ਮੌਕੇ 'ਤੇ ਵੇਖ ਲੈਣ। ਬਾਬੂ ਜੀ ਤੁਹਾਨੂੰ ਲੈ ਕੇ ਗਏ ਪਿਛਲੀ ਵਾਰੀ, ਤੁਹਾਨੂੰ ਬਹੁ ਮੈਂ ਫੜਿਆ, ਆਓ ਤੁਹਾਨੂੰ ਦਿਖਾਈਏ। ਤੁਸੀਂ ਉੱਥੋਂ ਬਾਂਹ ਛਡਾ ਕੇ ਪਿਛਾਂ ਭੱਜ ਆਏ ਜੀ, ਕੀ ਉੱਥੇ ਬੰਦੇ ਨਹੀਂ ਰਹਿੰਦੇ, ਬੱਚੇ ਨਹੀਂ ਰਹਿੰਦੇ? 15 ਵਾਰ ਆਏ ਆ ਜੀ ਇੱਥੇ, ਇਹ ਬਾਂਹ ਛਡਾ ਕੇ ਭੱਜ ਆਉਂਦੇ, ਉੱਥੇ ਬੰਦੇ ਨਹੀਂ, ਉੱਥੇ ਜਾਨਵਰ ਨੇ ਕਿ ਪਸ਼ੂ ਨੇ ਆਖੇ ਵਾਲੇ ਆ ਜੀ। ਪਾਣੀ ਦੀ ਆ ਜੀ, ਸੀਵਰੇਜ ਦੀ ਆ, ਪਾਣੀ ਦੀ, ਸੀਵਰੇਜ ਦੀ ਆ ਜੀ ਸਮੱਸਿਆ ਜੀ। ਸੋਕਰ ਨਹਿਰ 'ਚ ਬਹੁਤ ਬੁਰਾ ਹਾਲ ਹੈ, ਤੁਸੀਂ ਹੁਣ ਜਾ ਕੇ ਵੀ ਵੇਖ ਲਓ, ਅਤੇ ਉੱਥੇ ਜੀ ਘੱਟੋ ਘੱਟ 3-3, 4-4 ਫੁੱਟ ਪਾਣੀ ਖੜਾ ਜੀ, ਅਤੇ ਬੱਚੇ ਸਕੂਲ ਜਾਣ ਧੋਖੇ ਹੋਏ ਪਏ ਨੇ ਜੀ। ਬਿਮਾਰੀਆਂ ਮੈਂ ਕਹਿੰਦਾ ਘਰ ਘਰ ਬਿਮਾਰੀ ਲੱਗੀ ਹੈ, ਅਤੇ ਪੀਣ ਵਾਲਾ ਪਾਣੀ ਪੀਣ ਦੇ ਲਾਇਕ ਨਹੀਂ ਹੈਗਾ ਜੀ। ਠੀਕ ਹੈ ਜੀ, ਅਤੇ ਬਸ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਜਿੰਨੀ ਛੇਤੀ ਹੋ ਸਕੇ ਜੀ ਸੋਕਰ ਨਹਿਰ ਦਾ ਅਤੇ ਗੋਲਬਾ ਦਾ ਮਸਲਾ ਹੱਲ ਕੀਤਾ ਜਾਵੇ ਜੀ, ਕਿਉਂਕਿ ਲੋਕ ਬਹੁਤ ਦੁਖੀ ਨੇ, ਬਹੁਤ ਪਰੇਸ਼ਾਨ ਨੇ ਜੀ। ਠੀਕ ਹੈ, ਬਹੁਤ ਵਾਰੀ ਕੰਪਲੇਂਟ ਕੀਤੀ ਹੈ ਜੀ, ਐਜ਼ ਏ ਪ੍ਰੂਫ ਹੈ ਮੇਰੇ ਕੋਲ ਜੀ, ਔਨਲਾਈਨ ਕੰਪਲੇਂਟਾਂ ਹੈ ਜੀ, ਆਡੀਓ ਸਾਹਿਬ ਨੂੰ ਮੈਂ ਵੀਡੀਓ ਭੇਜੀਆਂ ਹੋਈਆਂ ਜੀ, ਉਹ ਵੀ ਮੇਰੇ ਕੋਲ ਪ੍ਰੂਫ ਹੈ ਜੀ। ਕੀ ਜਵਾਬ ਮਿਲਿਆ? ਠੀਕ ਹੈ, ਜਵਾਬ ਹੈ ਜੀ, ਬੰਦੇ ਜਾਂਦੇ ਨੇ, ਬੰਦਿਆਂ ਕੋਲ ਮਸ਼ੀਨਾਂ ਹੀ ਨਹੀਂ ਹੈਗੀਆਂ ਜੀ, ਹੁਣ ਜਿਵੇਂ ਆਪਣੇ ਐਜ਼ ਏ ਸਾਹਿਬ ਦੱਸ ਰਹੇ ਨੇ ਜੀ, ਮਸ਼ੀਨਾਂ ਤਾਂ ਗਿੱਦੜਵਾਈ ਗਈਆਂ ਹੋਈਆਂ ਜੀ। ਠੀਕ ਹੈ, ਅਤੇ ਜੋ ਕਾਂਗਰਸ ਸਰਕਾਰ ਦੇ ਵੇਲੇ ਜੀ ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਲੈ ਕੇ ਆਏ ਸੀਗੇ ਜੀ, ਠੀਕ ਹੈ ਨਾ, ਅਤੇ ਮਸ਼ੀਨਾਂ ਆਉਣਗੀਆਂ ਅਤੇ ਵਿਚਾਰੇ ਵਰਕਰ ਕੰਮ ਕਰਨਗੇ, ਵਿਚਾਰੇ ਬੰਦੇ ਆਉਂਦੇ ਨੇ ਜੀ, ਉਹ ਵਾਂਸ ਲੈ ਕੇ ਆ ਜਾਂਦੇ ਨੇ, ਜੋ ਮਸ਼ੀਨ ਦਾ ਕੰਮ ਹੈ ਉਹ ਵਾਂਸ ਥੋੜ੍ਹਾ ਕਰ ਸਕਦੀ ਹੈ ਜੀ। ਠੀਕ ਹੈ ਜੀ, ਐਜ਼ੀਓ ਸਾਹਿਬ ਅੱਗੇ ਇਹੀ ਬੇਨਤੀ ਕਰਦੇ ਹਾਂ ਵੀ ਜਿੰਨੀ ਛੇਤੀ ਹੋ ਸਕੇ ਜੀ ਗੋਲਬਾਗ ਦਾ, ਕਿਉਂਕਿ ਉਹ 8-10 ਫੁੱਟ ਡਾਊਨ ਹੈ ਜੀ, ਅਤੇ ਲੋਕਾਂ ਦਾ ਉੱਥੇ ਜੀਣਾ ਬਹੁਤ ਮੁਸ਼ਕਲ ਹੋਇਆ ਪਿਆ ਜੀ। ਪ੍ਰੋਬਲਮ ਆ ਰਹੀ ਹੈ ਸਰ, ਇਸ ਜਿਹੜੀ ਸੀਵਰੇਜ ਦੀ ਸਮੱਸਿਆ ਜੀ, ਖਾਸ ਕਰਕੇ ਵਾਰਡ ਨੰਬਰ 16 ਹਾਕੇ ਰਾਮੇ ਵਾਲਾ ਡੀਸੀ ਮਾਡਲ ਸਕੂਲ, ਤੁਸੀਂ ਵੇਖਦੇ ਡੀਸੀ ਮਾਡਲ ਸਕੂਲ ਦੇ ਵਿੱਚ ਬੱਚੇ ਸਕੂਲ ਜਾਂਦੇ ਨੇ, ਤੁਸੀਂ ਸਕੂਲ ਦਾ ਇੱਕ ਜਾ ਕੇ ਸਕੂਲ ਵਾਲੇ ਰੋਡ ਦਾ ਜਾ ਕੇ ਹਾਲ ਵੇਖੋ, ਜਿੱਥੇ ਬੱਚੇ ਸਕੂਲ ਜਾਂਦੇ ਨੇ ਆਪਦੇ ਬੂਟ ਹੱਥਾਂ 'ਚ ਫੜ ਕੇ ਜਾਂਦੇ ਨੇ, ਔਰ ਤੁਸੀਂ ਉਹ ਪੂਰਾ ਰੋਡ ਵੇਖ ਲਓ ਜਿੱਥੇ 3 ਸਕੂਲ ਲੱਗਦੇ ਨੇ, ਇੱਕ ਸਰਕਾਰੀ ਸਕੂਲ, 2 ਸਰਕਾਰੀ ਸਕੂਲ ਨੇ, ਇੱਕ ਡੀਸੀ ਮਾਡਲ ਇੰਟਰਨੈਸ਼ਨਲ ਸਕੂਲ ਹੈ, ਕੱਚਾ ਜੀਰਾ ਰੋਡ, ਸੜਕਾਂ ਟੁੱਟ ਚੁੱਕੀਆਂ ਨੇ, ਬੁਰਾ ਹਾਲ ਹੈ, ਪਾਣੀ ਜਿਹੜਾ ਗੰਦਾ ਹੈ ਉਹ ਸੀਵਰੇਜ 'ਚ ਆ ਰਿਹਾ, ਗਲੀਆਂ ਦੇ ਵਿੱਚ ਲੋਕ ਆਪਦੀਆਂ ਬੂਟ ਹੱਥਾਂ 'ਚ ਫੜ ਕੇ ਲੋਕ ਜਨਾਨੀਆਂ ਜਾਂਦੀਆਂ ਨੇ, ਬੜਾ ਬੁਰਾ ਹਾਲ ਹੈ, ਔਰ ਸੀਵਰੇਜ ਬੋਰਡ ਨੂੰ ਬੜੀ ਵਾਰੀ ਜਾ ਕੇ ਅਸੀਂ ਰੋਜ਼ ਕਹਿੰਦੇ ਹਾਂ, ਪਰ ਇਹ ਵਾਂਸ ਲੈ ਕੇ ਆ ਜਾਂਦੇ ਨੇ, ਉਸ ਤੋਂ ਇਲਾਵਾ ਕੁਛ ਨਹੀਂ, ਔਰ ਖਾਸ ਕਰਕੇ ਇੱਥੋਂ ਦਾ ਜਿਹੜਾ ਮੌਜੂਦਾ MLA ਭੁੱਲਰ ਸਾਹਿਬ ਕੱਲ ਪਰਸੋਂ ਸਾਡੇ ਏਰੀਏ ਦੇ ਵਿੱਚ ਆਇਆ, ਅਤੇ ਲੋਕਾਂ ਨੇ ਖਿਲਾਰ ਕੇ ਉਹਨੂੰ ਪੁੱਛਿਆ ਵੀ ਸਰ ਇਹ ਸਾਡਾ ਹੱਲ ਕਿਤੇ ਹੋਊਗਾ, ਕਹਿੰਦਾ ਮੈਂ ਵਾਂਸ ਲੈ ਕੇ ਆਪ ਵੜ ਜਾ, ਮੈਂ ਕੀ ਕਰਾਂ? ਦੱਸੋ ਜਿਹੜਾ ਇੱਕ MLA ਗੱਲ ਕਹਿ ਰਿਹਾ ਤੇ ਲੋਕਾਂ ਦੀ ਸਾਰ ਕੌਣ ਲਊਗਾ? ਲੋਕ ਅੱਜ ਬੜੇ ਬੁਰਾ ਹਾਲ ਹੈ ਲੋਕਾਂ ਦਾ, ਔਰ ਮੈਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਇਹਨਾਂ ਏਰੀਆ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਣਮਿੱਥੇ ਸਮੇਂ ਲਈ ਅਸੀਂ ਧਰਨੇ ਦੇਵਾਂਗੇ।